ਪਹਿਲੇ ਸੌਣ ਦੀ ਪਹਿਲੀ ਬਰਸਾਤ ਦੇ ਕਾਰਨ ਲੋਕਾਂ ਦੇ ਚਿਹਰੇ ਖਿੜ ਉੱਠੇ ਤੇ ਲੋਕਾਂ ਨੇ ਮਹਾਦੇਵ ਦੇ ਜੈਕਾਰੇ ਵੀ ਲਗਾਏ। ਹਾਲਾਂਕਿ ਇਸ ਭਾਰੀ ਬਰਸਾਤ ਤੋਂ ਬਾਅਦ ਕਈ ਇਲਾਕਿਆਂ ਦੇ ਵਿੱਚ ਪਾਣੀ ਵੀ ਭਰ ਗਿਆ ਤੇ ਸੜਕਾਂ ਜਲ ਮਗਨ ਹੋ ਗਈਆਂ, ਜਿਸ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਵੀ ਸਾਹਮਣਾ ਕਰਨਾ ਪਿਆ। ਇਹ ਤਸਵੀਰਾਂ ਸਾਹਮਣੇ ਆਈਆਂ ਨੇ ਬਹਾਦਰਗੜ੍ਹ ਤੋਂ, ਜਿੱਥੇ ਸਾਵਣ ਮਹੀਨੇ ਦੀ ਸ਼ੁਰੂਆਤ ਹੁੰਦੇ ਸਾਰ ਹੀ ਪਹਿਲੀ ਬਰਸਾਤ ਹੋਈ ਹੈ। ਦਿੱਲੀ NCR ਸਮੇਤ ਹਰਿਆਣਾ ਦੇ ਵੱਖ ਵੱਖ ਜ਼ਿਲ੍ਹਿਆਂ ਦੇ ਵਿੱਚ ਤੇਜ਼ ਬਰਸਾਤ ਹੋਈ। ਬਹਾਦਰਗੜ੍ਹ ਦੇ ਵਿੱਚ ਵੀ ਤੇਜ਼ ਗਰਜ ਅਤੇ ਚਮਕ ਦੇ ਨਾਲ ਬਰਸਾਤ ਹੋਈ। ਤੇਜ਼ ਬਾਰਿਸ਼ ਦੇ ਚਲਦੇ ਲੋਕਾਂ ਨੂੰ ਤਪਦੀ ਗਰਮੀ ਤੋਂ ਹਾਲਾਂਕਿ ਕਾਫੀ ਰਾਹਤ ਮਿਲੀ ਹੈ, ਉੱਥੇ ਦੂਜੇ ਪਾਸੇ ਸੜਕਾਂ ਤੇ ਵੀ ਭਾਰੀ ਪਾਣੀ ਜਮ੍ਹਾਂ ਹੋ ਗਿਆ। ਹਾਲਾਂਕਿ ਲੋਕ ਇਸ ਬਰਸਾਤ ਦਾ ਆਨੰਦ ਲੈਂਦੇ ਵੀ ਨਜ਼ਰ ਆਏ। ਦੱਸਣਾ ਬਣਦਾ ਕਿ ਪਿਛਲੇ ਲੰਬੇ ਸਮੇਂ ਤੋਂ ਗਰਮੀ ਅਤੇ ਹੁੰਮਸ ਦੇ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਪਰ ਸੋਮਵਾਰ ਦੀ ਦੁਪਹਿਰ ਨੂੰ ਤੇਜ਼ ਬਰਸਾਤ ਦੇ ਚਲਦੇ ਲੋਕਾਂ ਨੂੰ ਤਪਦੀ ਗਰਮੀ ਤੋਂ ਨਿਜ਼ਾਤ ਮਿਲੀ ਹੈ। ਪਰ ਬਹਾਦਰਗੜ੍ਹ ਦੇ ਲੋਕਾਂ ਦੇ ਲਈ ਇਹ ਤੇਜ਼ ਬਰਸਾਤ ਹਾਲਾਂਕਿ ਥੋੜੀ ਜਿਹੀ ਆਫਤ ਬਣ ਕੇ ਵੀ ਆਈ ਹੈ। ਸ਼ਹਿਰ ਦੇ ਝੱਜਰ ਰੋਡ, ਝੀਲ ਵਾਲਾ ਮੁਹੱਲਾ, ਛੋਟੂ ਰਾਮ ਨਗਰ ਤੇ ਦੇਵ ਨਗਰ ਸਮੇਤ ਅੱਧਾ ਦਰਜਨ ਤੋਂ ਵੀ ਜ਼ਿਆਦਾ ਕਲੋਨੀਆਂ ਦੇ ਵਿੱਚ ਪਾਣੀ ਭਰ ਗਿਆ ਅਤੇ ਸਮੱਸਿਆ ਦਾ ਸਾਹਮਣਾ ਲੋਕਾਂ ਨੂੰ ਕਰਨਾ ਪਿਆ। ਹਾਲਾਂਕਿ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਕੁਝ ਦਿਨ ਤੱਕ ਇਹੋ ਜਿਹਾ ਹੀ ਮੌਸਮ ਬਣਿਆ ਰਹੇਗਾ ਅਤੇ ਅਜਿਹੇ ਦੇ ਵਿੱਚ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਜਿੱਥੇ ਜਿੱਥੇ ਪਾਣੀ ਭਰ ਜਾਂਦਾ ਹੈ ਉਸਦੀ ਸਮੱਸਿਆ ਹੱਲ ਕੀਤੀ ਜਾਵੇ ਤਾਂ ਜੋ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ। ਹਰੇ ਹਰੇ ਮਹਾਦੇਵ।